ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਕੌਮੀ ਰਾਜਨੀਤੀ ਦੀ ਗੱਲ ਕਰੀਏ, ਭਾਜਪਾ ਨੇ ਸਾਰੇ ਦਲਾਂ ਨੂੰ ਖੁੱਡੇ ਲੈਣ ਲਾਉਣ ਦੀ ਕੋਈ ਕਸਰ ਨਹੀਂ ਛੱਡੀ। ਸਰਕਾਰਾਂ ਵੀ ਆਪਦੀਆਂ ਬਣਾ ਲਈਆਂ, ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਵਾਲੇ, NCP ਵਾਲੇ, ਸਾਰੇ ਭਾਰਤ ਦਾ ਜਗੇੜਾ ਕੱਢ ਲਗੇ ਮੋਟਾ ਮੋਟਾ। ਪਰ ਬਿਹਾਰ ਦੇ ਵਿੱਚ ਐਸਾ ਹੋਇਆ ਕਿ ਭਾਜਪਾ ਨੂੰ ਉੱਥੇ ਥੋੜ੍ਹਾ ਜਿਹਾ ਝਟਕਾ ਦਿੱਤਾ ਨਿਤੀਸ਼ ਕੁਮਾਰ ਨੇ। ਹੁਣ ਗੱਲਾਂ ਸੁਣਨ ਦੇ ਵਿੱਚ ਇਹ ਆ ਰਹੀਆਂ ਵੀ ਨਿਤੀਸ਼ ਕੁਮਾਰ ਹੀ ਲਾਮਬੰਦੀ ਕਰ ਰਹੇ ਹੈ ਅਤੇ ਬੜੀ ਤੇਜ਼ੀ ਦੇ ਨਾਲ ਲੀਡਰਾਂ ਨੂੰ ਮਿਲ ਰਹੇ ਹੈ। ਕਹਿੰਦੇ ਮੋਦੀ ਨੂੰ ਘੇਰਾ ਇਸ ਵਾਰੀ ਪਾਉਣਾ ਹੀ ਪਾਉਣਾ। ਹਾਂਜੀ, ਦੇਖੋ ਇਹ ਨਿਤੀਸ਼ ਕੁਮਾਰ ਹੈ ਨਾ ਜਿਹੜਾ, ਨਿਤੀਸ਼ ਕੁਮਾਰ ਇਹਨਾਂ ਦਾ ਪੁਰਾਣਾ ਭੇਤੀ ਹੈ ਤੇ ਪੁਰਾਣਾ ਤੁਹਾਨੂੰ ਪਤਾ ਇਹਨਾਂ ਦਾ ਉਹ ਸ਼ਰੀਕ ਵੀ ਹੈ ਮੋਦੀ ਹੋਰਾਂ ਦਾ। ਸ਼ਰੀਕ ਹੈ, ਬਿਲਕੁਲ ਸਹੀ ਜੀ। ਬਹੁਤ ਲੰਬੇ ਸਮੇਂ ਤੋਂ ਇਹਨਾਂ ਦੇ ਵਿੱਚ ਇਹੀ ਚੱਲਦਾ। ਕਦੇ ਸਿਆਸਤ ਦੇ ਵਿੱਚ ਤੁਹਾਨੂੰ ਪਤਾ ਪ੍ਰੇਮ ਵੀ ਉਮੜ ਪੈਂਦਾ ਤੇ ਵੈਸੇ ਇਹਨਾਂ ਦੀ ਅਦਾਵਤ ਵੀ ਬਹੁਤ ਲੰਬੇ ਸਮੇਂ ਤੋਂ ਚੱਲਦੀ ਹੈ। ਖੈਰ, ਹੁਣ ਮਸਲਾ ਕੀ ਹੈ ਕਿ ਇਹਨਾਂ ਨੇ ਪੰਜ ਪ੍ਰਮੁੱਖ ਜਿਹੜੇ ਵਿਰੋਧੀ ਧਿਰ ਦੇ ਆਗੂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਥੋੜੇ ਸਮੇਂ ਦੇ ਵਿੱਚ ਹੀ। ਜੇ ਤੁਸੀਂ ਦੇਖੋਗੇ ਉਹਦੇ ਵਿੱਚ ਰਾਹੁਲ ਗਾਂਧੀ ਨੇ ਕਰਨਾਟਕ ਦੇ ਜਿਹੜੇ ਸਾਬਕਾ CM ਤੇ JDS ਦੇ ਨੇਤਾ ਕੁਮਾਰ ਸਵਾਮੀ, CPIM ਵਾਲੇ ਸੀਤਾਰਾਮ ਯੇਚੁਰੀ, ਫਿਰ ਇਸ ਤੋਂ ਇਲਾਵਾ ਦਿੱਲੀ ਦੇ CM ਕੇਜਰੀਵਾਲ ਜੀ, NCP ਦੇ ਸ਼ਰਦ ਪਵਾਰ ਜੀ, ਤਾਂ ਇਹ ਹੁਣ ਜੇ ਆਪਾਂ ਦੇਖੀਏ ਤਾਂ ਬੜੀ ਲੰਮੀ ਲਿਸਟ ਬਣ ਜਾਂਦੀ। ਇਸ ਤੋਂ ਇਲਾਵਾ ਮਮਤਾ ਬੈਨਰਜੀ ਦੀ ਪਾਰਟੀ, ਤ੍ਰਿਣਮੂਲ ਕਾਂਗਰਸ, ਸ਼ਿਵ ਸੈਨਾ, ਉੜੀਸਾ ਦੇ CM, ਬੀਜੂ ਜਨਤਾ ਦਲ, ਇਹ ਮੁਲਾਕਾਤ ਵਾਸਤੇ ਕਹਿ ਲਓ ਕਿ ਲਾਈਨਾਂ ਪਿਆ ਸਾਰਾ ਕੁਛ ਜੀ। ਤੁਸੀਂ ਸਮਝ ਸਕਦੇ ਹੋ ਨਾ ਕਿ ਵੱਡੇ ਹੁਣ ਨੇਤਾ ਕਿਹੜੇ ਰਹਿ ਗਏ? ਵੱਡੇ ਖੇਤਰੀ ਨੇਤਾ ਤਕਰੀਬਨ ਸਾਰੇ ਆ ਗਏ ਜੀ, ਸਾਰੇ ਆ ਗਏ। ਇਹ ਤਾਂ ਜੇ ਵੇਖੋ ਸਾਰਾ ਕੁਝ ਠੀਕ ਰਿਹਾ ਤੇ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਵਰਗੇ ਵੀ ਜਿਹੜੇ ਲੱਭਦੇ ਫਿਰਦੇ ਆ ਨਾ ਕਿ ਕੌਮੀ ਪੱਧਰ ਤੇ ਕੋਈ ਇੱਕ ਵਧੀਆ ਗੱਠਜੋੜ ਅਸੀਂ ਦੇਖੀਏ, ਤਾਂ ਇਸ ਤਰ੍ਹਾਂ ਖੇਤਰੀ ਪਾਰਟੀਆਂ ਜਿਹੜੀਆਂ ਇਧਰੋਂ ਆ ਉਹ ਵੀ ਕਿਤੇ ਨਾ ਕਿਤੇ ਸੋਚਣ ਵਾਸਤੇ ਮਜਬੂਰ ਹੋਣਗੀਆਂ। ਤਾਂ ਖੈਰ, ਇਹਨਾਂ ਨੇ ਵੈਸੇ ਕਹਿ ਦਿੱਤਾ ਸੀਗਾ ਕਿ ਅਸੀਂ ਬਈ ਐਤਕੀ 2024 ਦੇ ਵਿੱਚ ਮੁਸ਼ਕਿਲ ਖੜੀ ਕਰ ਦਿਆਂਗੇ। ਇਹ ਹੁਣ ਦੇਖਣਾ ਹੋਏਗਾ ਕਿ ਜਿੱਦਾਂ ਇਹ ਤਿੰਨ ਧੜੇ ਬਣ ਨੂੰ ਫਿਰਦੇ ਸੀਗੇ, ਜਿਵੇਂ ਆਪਾਂ ਦੇਖੀਏ ਤਾਂ ਮਮਤਾ ਬੈਨਰਜੀ ਤਕਰੀਬਨ ਅੱਡ, ਫਿਰ ਕੇਜਰੀਵਾਲ ਤੇ KCR, ਫਿਰ ਕਾਂਗਰਸ ਅਲੱਗ, ਤਾਂ ਕੀ ਹੁਣ ਨਿਤੀਸ਼ ਕੁਮਾਰ ਸਾਰਿਆਂ ਨੂੰ ਇਕੱਠਿਆਂ ਕਰ ਸਕਦਾ? ਜੇ ਇਕੱਠਿਆਂ ਹੀ ਹੋ ਜਾਂਦੇ ਆ ਤੇ ਬੜਾ ਮਤਲਬ ਕਿ ਸ਼ਿੱਦਤ ਦੇ ਨਾਲ ਕੰਮ ਕਰਨਾ ਸਟਾਰਟ ਕਰ ਦਿੰਦੇ ਆ ਤਾਂ ਲੱਗਦਾ ਹੈ ਕਿ ਫਾਈਟ ਬਣ ਜਾਊਗੀ, ਫਾਈਟ ਬਣ ਸਕਦੀ ਹੈ। ਜਿੱਤਣ ਹਾਰਨ ਦੀ ਤਾਂ ਚਲੋ ਹਾਲੇ ਪ੍ਰੈਡਿਕਸ਼ਨ ਬੜੀ ਦੂਰ ਆ, ਤਾਂ ਫੇਰ ਗੇਮ ਬਣ ਸਕਦੀ ਹੈ, ਫਿਰ ਗੇਮ ਫਸ ਸਕਦੀ ਆ, ਕਿਉਂਕਿ ਬਿਹਾਰ ਦੇ ਵਿੱਚ ਤਾਂ ਉਲਝਾ ਲੈਣਗੇ ਇਹ। ਬਿਹਾਰ ਵੱਡਾ ਸਟੇਟ ਆ ਗਿਆ, ਬੰਗਾਲ ਦੇ ਵਿੱਚ ਮਮਤਾ ਹੈ, ਫਿਰ ਉੜੀਸਾ ਦੇ ਵਿੱਚ ਬੀਜੂ ਜਨਤਾ ਦਲ ਵਾਲੇ, ਕਿਉਂਕਿ ਉਹ ਆਮ ਤੌਰ ਤੇ ਨਿਊਟਰਲ ਜੇ ਰਹਿੰਦੇ ਨੇ ਤੇ ਪਰ ਆਮ ਮੌਕਿਆਂ ਤੇ ਉਹ ਇਹਨਾਂ ਦਾ ਪੱਖ ਵੀ ਬੋਰ ਜਾਂਦੇ ਨੇ। ਉਹ ਇਸ ਤਰ੍ਹਾਂ ਜੇ ਮਤਲਬ ਕਿ ਵੱਡੇ ਰਾਜਾਂ ਦੇ ਵਿੱਚ ਸਮੀਕਰਨ ਕਰਨਾਟਕ ਦੇ ਵਿੱਚ ਉਹ ਆ ਜਾਂਦੇ ਨੇ, JDS ਵਾਲੇ ਆ ਜਾਂਦੇ, ਕਾਂਗਰਸ ਤੇ ਇਹਨਾਂ ਦੇ ਨਾਲ ਆ ਜਾਏਗੀ, ਤਾਂ ਫਿਰ ਇਹ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੰਟਰਸਟਿੰਗ ਜਿਹਾ ਫਿਰ ਗੇਮ ਬਣ ਜਾਏਗਾ ਕੌਮੀ ਪੱਧਰ ਤੇ। ਜੀ ਜੀ, ਬਣ ਸਕਦਾ, ਪਰ ਬਹੁਤੇ ਦਲਾਂ 'ਚ ਤਾਂ ਹੁਣ ਮਿੰਟੂ ਜੀ ਉਹਨਾਂ ਦਮ ਨਹੀਂ ਰਿਹਾ ਵੀ ਇਕੱਲੇ ਇਕੱਲੇ ਭਾਜਪਾ ਨੂੰ ਟੱਕਰ ਦੇ ਦੇਣ। ਪਰ ਇੰਨਾ ਜ਼ਰੂਰ ਹੈ ਦੇਸ਼ ਦੀ ਰਾਜਨੀਤੀ ਬਾਰੇ, ਖੈਰ ਇੰਨੀ ਤਾਂ ਜ਼ਿਆਦਾ ਜਾਣਕਾਰੀ ਮੈਨੂੰ ਤਾਂ ਨਹੀਂ ਪਰਸਨਲੀ ਤੌਰ 'ਤੇ, ਪਰ ਮਿੰਟੂ ਜੀ ਇਹ ਹੈ ਕਿ ਕਸਰ ਕੋਈ ਨਹੀਂ ਛੱਡੀ ਸਾਰੀਆਂ ਧਿਰਾਂ ਨੂੰ ਖੁੱਡੇ ਲੈਣ ਲਾਉਣ ਦੀ। ਹੁਣ ਇਹ ਦੇਖਦੇ ਹਾਂ ਕਿ ਨਿਤੀਸ਼ ਕੁਮਾਰ ਜਿਨ੍ਹਾਂ ਦਾ ਬਹੁਤ ਚਿਰ ਤੋਂ ਸੁਪਨਾ ਹੈ ਕਿ ਇੱਕ ਵਾਰੀ PM ਵਾਲੀ ਕੁਰਸੀ 'ਤੇ ਬਹਿ ਕੇ ਵੇਖਣਾ ਹੀ ਵੇਖਣਾ, ਵੇਖਦੇ ਹਾਂ ਉਹ ਕੀ ਰੰਗ ਲਾਉਂਦੇ ਹੈ। ਬਹੁਤ ਚਿਰ ਤੋਂ ਉਹਨਾਂ ਦਾ ਬਿਲਕੁਲ ਸੁਪਨਾ, ਬਿਲਕੁਲ ਸੁਪਨਾ ਹੈ, ਪਰ ਮੇਰੇ ਖਿਆਲ ਦੇ ਨਾਲ ਨਿਤੀਸ਼ ਕੁਮਾਰ ਬਣ ਸਕਦਾ, ਚਿਹਰਾ ਬਣ ਸਕਦਾ, ਕਿਉਂਕਿ ਉਹਦੇ ਤੇ ਦੂਜੇ ਸ਼ਾਇਦ ਸਹਿਮਤ ਹੋ ਜਾਣਗੇ, ਕਿਉਂਕਿ ਰਾਹੁਲ ਗਾਂਧੀ ਤੇ ਕਦੇ ਵੀ ਕੇਜਰੀਵਾਲ ਸਹਿਮਤ ਨਹੀਂ ਹੋਏਗਾ, ਮਮਤਾ ਬੈਨਰਜੀ ਤੇ ਕਦੇ ਕਾਂਗਰਸ ਸਹਿਮਤ ਨਹੀਂ ਹੋਏਗੀ, ਕਿਉਂਕਿ ਮਮਤਾ ਬੈਨਰਜੀ ਤੇ ਕਾਂਗਰਸ ਨੂੰ ਤੋੜ ਕੇ ਬਣੀ ਹੈ ਨਾ। ਸੋ ਇਹ ਚੀਜ਼ਾਂ ਹੈਗੀਆਂ ਨੇ, ਤੇ ਜੇ ਇਹਨਾਂ ਤੇ ਸਹਿਮਤੀ ਬਣਦੀ ਆ ਤਾਂ ਬਈ ਫਿਰ ਮੈਂ ਜਿਵੇਂ ਦੱਸਿਆ ਕਿ ਇਕੱਲੀ ਸਹਿਮਤੀ ਨਹੀਂ ਬਣੇਗੀ, ਫਿਰ ਗੇਮ ਵੀ ਬਣ ਜਾਏ। ਜੀ ਜੀ,